ਸਤਿ ਸ਼੍ਰੀ ਅਕਾਲ ਜੀ, ਵੈਲਕਮ ਆ ਜੀ ਤੁਹਾਡਾ ਮੇਰੇ ਚੈਨਲ ਬੀ ਸਟਾਈਲਿਸ਼ 'ਤੇ। ਅਤੇ ਜਿਵੇਂ ਆਪਾਂ ਤੁਹਾਡੇ ਨਾਲ ਹਰ ਵਾਰੀ ਕੁਝ ਨਾ ਕੁਝ ਡਿਫਰੈਂਟ ਸ਼ੇਅਰ ਕਰਦੇ ਹਾਂ, ਸੋ ਡਿਫਰੈਂਟ ਡਿਫਰੈਂਟ ਕਲਰ 'ਤੇ ਜੋ ਵੀ ਅੱਜ ਕੱਲ੍ਹ ਦੇ ਟ੍ਰੈਂਡ ਦੇ ਵਿੱਚ ਚੱਲ ਰਹੇ ਆ, ਸੋ ਉਸ ਤਰ੍ਹਾਂ ਦੇ ਡਿਜ਼ਾਈਨ ਹੀ ਆਪਾਂ ਜਿਹੜੇ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਇਹ ਹੈਗਾ ਜੀ ਜਿਹੜਾ, ਇਹ ਬ੍ਰਿਕ ਬਰਾਊਨ ਸ਼ੇਡ ਕਹਿ ਸਕਦੇ ਹੋ ਤੁਸੀਂ ਇਹਨੂੰ, ਪੰਜਾਬੀ ਦੇ ਵਿੱਚ ਜਿਵੇਂ ਗੇਰੂਆ ਸ਼ੇਡ ਬੋਲਦੇ ਹੈਗੇ ਆ। ਸੋ ਇਹ ਜਿਹੜਾ ਕਲਰ ਹੈਗਾ ਕਾਫੀ ਵੀਡੀਓ ਦੇ ਵਿੱਚ ਆ ਜਿਹੜਾ ਚੇਂਜ ਆ ਰਿਹਾ। ਸੋ ਇਹ ਜਾਰਜਟ ਦਾ ਸਟੱਫ ਹੈਗਾ ਜੀ, ਔਰ ਇਹਦੇ ਵਿੱਚ ਜਿਵੇਂ ਆਪਾਂ ਇੱਕ ਬਹੁਤ ਹੀ ਜਿਹੜਾ ਡਿਜ਼ਾਈਨ ਮੈਂ ਪਹਿਲਾਂ ਵੀ ਸ਼ੇਅਰ ਕਰ ਚੁੱਕੀ ਹਾਂ, ਸੋ ਉਸ ਤਰ੍ਹਾਂ ਦਾ ਡਿਜ਼ਾਇਨਿੰਗ ਹੀ ਆਪਾਂ ਫਿਰ ਇਸ 'ਤੇ ਬਣਿਆ ਹੋਇਆ ਕਿਵੇਂ ਦਾ ਲੱਗ ਰਿਹਾ, ਸੋ ਇਹ ਸ਼ੇਅਰ ਕਰਦੇ ਹਾਂ। ਇਹ ਜਿਹੜਾ ਸੈਂਟਰ ਪੈਨਲ ਦੇ ਵਿੱਚ ਹੈ, ਉੱਪਰ ਤੱਕ ਇਹਦੀ ਡਿਜ਼ਾਇਨਿੰਗ ਜਾਂਦੀ ਹੈ, ਸਾਰਾ ਸ਼ਰਟ ਹੈ ਜਿਹੜਾ ਫਿੱਲ ਹੋ ਜਾਂਦਾ ਇਹਦੇ ਵਿੱਚ। ਇਹ ਦੇਖੋ ਉੱਪਰ ਤੱਕ ਹੈ ਜਿਹੜੀ ਇਹਦੀ ਪੂਰੀ ਸੈਂਟਰ ਪੈਨਲ ਬਣਦਾ ਜੀ, ਉੱਪਰ ਤੱਕ ਐਮਬਰਾਇਡਰੀ ਹੈ ਵਿੱਚ ਫਲਾਰ ਹੈਗੇ ਆ। ਸੋ ਬਾਜੂ 'ਤੇ ਵੀ ਇਹਦੇ ਇਸ ਤਰ੍ਹਾਂ ਫਲਾਰ ਹੈ। ਸੋ ਇਹ ਜਾਰਜਟ ਹੈ, ਇਹਦੇ ਨਾਲ ਅਸੀਂ ਟਾਈ ਡਾਈ ਦੁਪੱਟਾ ਰੈਡੀ ਕਰਾਂਗੇ। ਸੋ ਕਈ ਵਾਰ ਕੀ ਹੁੰਦਾ ਕਿ ਜਦੋਂ ਸੂਟ ਕੰਪਲੀਟ ਹੁੰਦਾ ਤਾਂ ਅਸੀਂ ਵੀਡੀਓ ਨਹੀਂ ਬਣਾ ਸਕਦੇ, ਸੋ ਟਾਈਮਿੰਗ ਕਰਕੇ। ਸੋ ਅਸੀਂ ਜਿਵੇਂ ਵੀ ਸੂਟ ਰੈਡੀ ਹੁੰਦੇ ਆ, ਕਿਉਂਕਿ ਮੈਂ ਟਾਈ ਡਾਈ ਵੀ ਕਾਫੀ ਸਾਰੇ ਦੁਪੱਟੇ ਜਿਹੜੇ ਤੁਹਾਡੇ ਨਾਲ ਸ਼ੇਅਰ ਕਰ ਚੁੱਕੀ ਹਾਂ, ਅਗਰ ਤੁਸੀਂ ਲਾਸਟ ਵੀਡੀਓ ਦੇ ਵਿੱਚ ਦੇਖਿਆ ਹੋਊਗਾ ਤਾਂ ਤੁਹਾਨੂੰ ਪਤਾ ਹੈ ਕਿ ਅਸੀਂ ਟਾਈ ਡਾਈ ਕਿਵੇਂ ਕਰਦੇ ਹਾਂ ਦੁਪੱਟੇ। ਸੋ ਇਹ ਹੈਗਾ ਜੀ ਜਿਹੜਾ ਲਾਈਨਿੰਗ ਵਾਲਾ, ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ। ਸੋ ਇਹ ਜਿਹੜਾ ਸਟੱਫ ਹੈਗਾ ਹੈ, ਇਹ ਕਾਫੀ ਲਾਈਨਿੰਗ, ਇਹ ਸੇਮ ਕਲਰ ਕਾਫੀ ਪਸੰਦ ਕੀਤਾ ਗਿਆ ਹੈਗਾ। ਸੋ ਇਹ ਜਿਹੜਾ ਸਾਨੂੰ ਸੇਮ ਕਲਰ ਦੇ ਵਿੱਚ ਮਿਲਣਾ ਵੀ ਪੋਸੀਬਲ ਨਹੀਂ ਹੁੰਦਾ। ਸੋ ਇਹਦੇ ਵਿੱਚ ਸਾਡੇ ਕੋਲ ਨੈਕਸਟ ਹੈਗੇ ਆ ਜਿਹੜੇ ਕਲਰ ਨਹੀਂ ਹੈਗੇ, ਗ੍ਰੀਨਿਸ਼ ਸ਼ੇਡ ਦੇ ਵਿੱਚ ਤੁਸੀਂ ਬੋਲੋਗੇ, ਹੋਰ ਜਿਹੜਾ ਕੋਈ ਵੀ ਸ਼ੇਡ ਹੈ ਉਹ ਤੁਹਾਨੂੰ ਸਾਡੇ 'ਤੇ ਛੱਡਣਾ ਹੋਏਗਾ ਕਿ ਤੁਸੀਂ ਕਿਸੇ ਵੀ ਕਲਰ ਲਾਈਨਿੰਗ ਸਟੱਫ 'ਤੇ ਬਣਾ ਸਕਦੇ ਹੋ। ਸੋ ਇਹ ਹਰ ਇੱਕ ਡਿਜ਼ਾਈਨ ਆ ਜਿਹੜਾ, ਹਰ ਇੱਕ ਕਲਰ ਕੰਬੀਨੇਸ਼ਨ 'ਤੇ ਹੀ ਅੱਛਾ ਲੱਗੇਗਾ, ਕਿਉਂਕਿ ਕਾਫੀ ਸਾਰੇ ਸ਼ੇਡ ਹੈ ਸੋ ਮੈਂ ਸ਼ੇਅਰ ਕੀਤੇ ਹੋਏ ਆ, ਪਰ ਸਾਰਿਆਂ ਨੂੰ ਇਹ ਹੁੰਦਾ ਕਿ ਤੁਸੀਂ ਸੇਮ ਸ਼ੇਡ 'ਤੇ ਬਣਾਇਓ, ਸੇਮ ਸ਼ੇਡ 'ਤੇ। ਸੋ ਸੇਮ ਸ਼ੇਡ ਹੈ ਜੀ ਜਿਹੜਾ ਸਾਡੇ ਕੋਲ ਸਟੋਕ ਸੀ, ਇਹ ਸਾਰਾ ਖਤਮ ਹੋ ਚੁੱਕਿਆ, ਇਹ ਸਟੱਫ ਆ ਜਿਹੜਾ ਦੁਬਾਰਾ ਨਹੀਂ ਮਿਲੂਗਾ। ਸੋ ਦੇਖੋ ਇਹ ਬਹੁਤ ਹੀ ਪਿਆਰਾ ਜਿਹਾ ਡਿਜ਼ਾਇਨ ਹੈ, ਨੀਚੇ ਸਿੰਗਲ ਥਰੈਡ ਦਾ ਬਣਿਆ ਹੋਇਆ, ਉੱਪਰ ਅਸੀਂ ਇਸ ਤਰ੍ਹਾਂ ਕਰਕੇ ਉੱਪਰ ਇਹਦੇ ਜਿਹੜੀ ਸਾਈਡਸ 'ਤੇ ਇੱਕ ਵੱਡਾ ਫਲਾਰ ਦੇ ਕੇ ਐਮਬਰਾਇਡਰੀ ਕੀਤੀ ਹੋਈ ਹੈ, ਬਹੁਤ ਹੀ ਪਿਆਰੇ ਜਿਹੇ ਕਲਰ ਕੰਬੀਨੇਸ਼ਨ ਲਾਏ ਹੋਏ ਆ, ਬਹੁਤ ਹੀ ਜਿਹੜਾ ਨੀਟ ਐਂਡ ਕਲੀਨ ਹੈ ਜਿਹੜਾ ਵਰਕ ਹੈਗਾ। ਇਹਨੂੰ ਅਸੀਂ ਗਾਜਰੀ ਕਲਰ ਦੀ ਜਿਹੜੀ ਪਾਈਪਿੰਗ ਦੇ ਕੇ ਇਹਨੂੰ ਫਿਨਿਸ਼ ਕੀਤਾ ਹੋਇਆ, ਔਰ ਸਭ ਤੋਂ ਡਿਫਰੈਂਟ ਹੈ ਜਿਹੜੇ ਅਸੀਂ ਜਿਹੜੇ ਗਲੇ ਦੇ ਡਿਜ਼ਾਈਨ ਬਣਾਉਣੇ ਹੈਗੇ ਆ। ਸੋ ਇਹਦੇ ਵਿੱਚ ਅਸੀਂ ਇਹਨੂੰ ਜਿੰਨੇ ਵੀ ਸੂਟ ਹੁੰਦੇ ਆ ਉਹਨਾਂ ਦੇ ਅਸੀਂ ਡਿਫਰੈਂਟ ਡਿਫਰੈਂਟ ਸ਼ੇਡ ਜੇ ਇੱਕ ਆਰਡਰ 'ਤੇ ਹੈਗੇ ਆ, ਅਤੇ ਡਿਫਰੈਂਟ ਡਿਫਰੈਂਟ ਕਲਰ ਦੇ ਅਸੀਂ ਜਿਹੜੇ ਗਲੇ ਬਣਾ ਕੇ ਭੇਜਦੇ ਹਾਂ। ਸੋ ਇਹ ਡਿਜ਼ਾਇਨਿੰਗ ਹੈ ਜਿਹੜੀ ਤੁਹਾਨੂੰ ਹਰ ਇੱਕ ਸੂਟ 'ਤੇ ਮਿਲੂਗੀ। ਹਾਂ, ਜਿਹਦੇ ਵਰਕ ਹੁੰਦਾ ਉਸ 'ਤੇ ਪੋਸੀਬਲ ਨਹੀਂ ਹੁੰਦਾ, ਉਸ 'ਤੇ ਅਸੀਂ ਸਿੰਪਲ ਜੇ ਲੇਸ ਦੇ ਕੇ ਇਹਨੂੰ ਫਿਨਿਸ਼ ਕਰਦੇ ਹਾਂ। ਸੋ ਇਹ ਦੇਖੋ ਜੀ, ਬਹੁਤ ਹੀ ਪਿਆਰੀ ਜ਼ਿਗਜ਼ੈਗ ਔਰ ਟ੍ਰਾਇੰਗਲ ਦੇ ਨਾਲ ਅਸੀਂ ਜਿਹੜਾ ਗਲਾ ਬਣਾਇਆ ਹੋਇਆ, ਔਰ ਇਹਦੇ ਜਿਹੜੇ ਬਾਜੂ 'ਤੇ ਵੀ ਕੱਟ ਵਰਕ ਹੈ ਜੀ, ਇਹ ਦੇਖੋ। ਔਰ ਇਹਦੇ ਨਾਲ ਇਹ ਜਿਹੜਾ ਡਬਲ ਸ਼ੇਡਡ ਐਂਡ ਗਾਜਰੀ ਲੇਸ ਦੇ ਕੇ ਅਸੀਂ ਇਹਨੂੰ ਫਿਨਿਸ਼ ਕੀਤਾ ਹੋਇਆ। ਸੋ ਇਹ ਬਹੁਤ ਹੀ ਜਿਵੇਂ ਆਪਣੇ ਆਪ ਦੇ ਵਿੱਚ ਇੱਕ ਕੋਟਨ ਸੂਟ ਹੋਣ ਦੇ ਬਾਵਜੂਦ ਵੀ ਇੱਕ ਬਹੁਤ ਹੀ ਪਿਆਰਾ ਜਿਹਾ ਸਟਾਈਲਿਸ਼ ਸੂਟ ਬਣ ਜਾਂਦਾ। ਸੋ ਤੁਸੀਂ ਇਹ ਕਿਸੇ ਵੀ ਨੈਕਸਟ ਜਿਹੜਾ ਆਰਡਰ ਕਰਨਾ ਹੈਗਾ ਜੀ, ਤੁਸੀਂ ਹੋਰ ਕਿਸੇ ਸ਼ੇਡ 'ਤੇ ਕਰ ਸਕਦੇ ਹੋ। ਸੋ ਇਸ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਅਲੱਗ ਅਲੱਗ ਤਰ੍ਹਾਂ ਦੀ ਡਿਜ਼ਾਇਨਿੰਗ ਸ਼ੇਅਰ ਕਰਦੇ ਹਾਂ, ਫੀਡਬੈਕ ਜ਼ਰੂਰ ਦਿਆ ਕਰੋ, ਕਮੈਂਟ ਕਰਿਆ ਕਰੋ, ਲਾਈਕ ਕਰਿਆ ਕਰੋ, ਸਾਨੂੰ ਕਿਵੇਂ ਦੇ ਲੱਗ ਰਹੇ ਡਿਜ਼ਾਇਨਸ ਉਹ ਵੀ ਜ਼ਰੂਰ ਦੱਸਿਆ ਕਰੋ। ਔਰ ਨੈਕਸਟ ਆਪਣੇ ਇਸ ਤਰ੍ਹਾਂ ਦੇ ਹੈਵੀ ਡਿਜ਼ਾਇਨ ਦੇਖਣ ਲਈ ਜੀ ਬਣੇ ਰਹੋ ਮੇਰੇ ਚੈਨਲ ਬੀ ਸਟਾਈਲਿਸ਼ 'ਤੇ। ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ, ਥੈਂਕ ਯੂ ਸੋ ਮੱਚ।